ਕੰਡੀਸ਼ਨ ਕਾਫੀ ਠੀਕ ਆ, ਇਹਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਲੱਗਦੀ। ਪਹਿਲਾਂ ਤਾਂ ਇਹ ਕਿ ਬੱਚੇ ਦਾ ਜਿਹੜਾ ਨੋਰਮਲ ਭਾਰ ਆ 2.5 ਕਿਲੋ 2.5 ਕਿਲੋ ਨਾਲੋਂ ਜ਼ਿਆਦਾ ਹੋਣਾ ਚਾਹੀਦਾ, ਬੱਚੇ ਦਾ ਭਾਰ ਨੋਰਮਲ ਆ, ਨੰਬਰ ਇੱਕ। ਨੰਬਰ ਦੋ, ਜਿਹੜਾ ਬੱਚਾ ਫੁੱਲ ਟਰਮ ਆ, ਫੁੱਲ ਟਰਮ ਦਾ ਮਤਲਬ ਹੁੰਦਾ ਕਿ ਬੱਚੇ ਦੀ ਜਿਹੜੀ ਪੈਦਾਇਸ਼ ਆ 9 ਮਹੀਨੇ ਬਾਅਦ ਹੋਈ ਆ। ਜਿਹੜਾ ਬੱਚੇ ਦਾ ਭਾਰ 2.5 ਕਿਲੋ ਜਾਂ 2.5 ਕਿਲੋ ਨਾਲੋਂ ਜ਼ਿਆਦਾ ਜਾਂ 9 ਮਹੀਨੇ ਤੋਂ ਬਾਅਦ ਹੋਇਆ ਬੱਚਾ, ਉਹਦੇ ਸਰਵਾਈਵਲ ਦੇ ਕਾਫੀ ਚਾਂਸ ਹੁੰਦੇ ਆ। ਐਟ ਪ੍ਰੈਜੈਂਟ ਅਸੀਂ ਇਹਦੇ ਰਾਤ ਦੇ ਟੈਸਟ ਸਾਰੇ ਕਰਾਏ, ਬਲੱਡ ਦੇ ਟੈਸਟ ਕਰਾਏ ਆ, ਉਹਦੇ 'ਚ ਕੋਈ ਨੁਕਸ ਨਹੀਂ ਆਇਆ। ਨੋਰਮਲ ਆ, ਬੱਚਾ ਫੀਡ ਲੈ ਰਿਹਾ, ਪੋਟੀ ਕਰ ਰਿਹਾ, ਪਿਸ਼ਾਬ ਕਰ ਰਿਹਾ। ਜਤਿਨ ਟੋਰੀ, ਕੱਲ੍ਹ ਸ਼ਾਮੀ SHO ਬਸਤੀ ਬਾਵਾ ਖੇਲ ਨੂੰ ਇੱਕ ਸੂਚਨਾ ਮਿਲੀ ਸੀ ਕਿ ਕਿਤੇ ਨਵਜੰਮੀ ਬੱਚੀ ਬੇਬੀ ਗਰਲ ਉੱਥੇ ਮਿਲੀ ਆ, ਕੋਈ ਬੱਚੇ ਖੇਡਦੇ ਸੀ, ਉਹਨਾਂ ਨੂੰ ਪਤਾ ਲੱਗਾ ਕਿਤੇ ਰੋਣ ਦੀ ਆਵਾਜ਼ ਹੈ। SHO ਨੇ ਮੌਕੇ 'ਤੇ ਜਾ ਕੇ ਉਹਨੂੰ ਕਾਬੂ 'ਚ ਲਿਆ ਅਤੇ ਫਿਰ ਸਿਵਲ ਹੋਸਪਿਟਲ ਵਾਲਿਆਂ ਨਾਲ ਉਹਨਾਂ ਨੂੰ ਕੰਟੈਕਟ ਕਰਕੇ ਅਤੇ ਅਸੀਂ ਉਹ ਲੜਕੀ ਸਿਵਲ ਹਸਪਤਾਲ ਪਹੁੰਚਾ ਦਿੱਤੀ ਹੈ। ਉਹ ਫਿਲਹਾਲ ਅਜੇ ਉਹਦਾ ਉਹਨਾਂ ਕੋਲ ਹੀ ਜਿਹੜੇ ਇਲਾਜ ਹੈ, ਔਰ IO ਨੂੰ ਅਸੀਂ ਕੋਰਟ ਭੇਜਿਆ, ਕੋਰਟ ਤੋਂ ਆਰਡਰ ਲੈ ਕੇ ਫਿਲਹਾਲ ਅਸੀਂ ਨਾਰੀ ਨਿਕੇਤਨ ਭੇਜ ਦਿਆਂਗੇ ਅਤੇ ਨਾਲ ਸਾਡੀ ਤਫਤੀਸ਼ ਵੀ ਜਾਰੀ ਹੈ। ਜੋ ਵੀ ਅੱਗੇ ਸਾਹਮਣੇ ਕੇਸ ਆਏਗਾ ਉਹਦੇ ਬਾਅਦ ਤਫਤੀਸ਼ ਵਿੱਚ ਹੱਲ ਕਰ ਲਵਾਂਗੇ। ਅੰਕਲ ਡਿੱਗਿਆ ਕਿੱਦਾਂ, ਕਿੱਧਰੋਂ ਆਇਆ ਬੱਚਾ? ਸਾਈਡ ਤੋਂ ਕਿਸੇ ਨੇ ਸੁੱਟਿਆ ਗਿਆ ਜੀ। ਅੱਛਾ ਜੀ, ਉੱਚੀ ਦੀਵਾਰ ਉੱਥੋਂ ਸੁੱਟਿਆ ਗਿਆ। ਇਹ ਬੱਚਾ ਕਿਹੜਾ ਲੜਕੀ? ਲੜਕੀ ਸੀ। ਮੈਂ ਸ਼ਹਿਰ ਤੋਂ ਆਇਆ ਸੀਗਾ, ਆ ਕੇ ਚਾਹ ਚੁੱਕੀ ਸੀ, ਥੋੜ੍ਹਾ ਜਿਹਾ ਰੈਸ਼ ਕੀਤਾ ਕਮਰੇ 'ਚ, ਫਿਰ ਮੈਂ ਕੋਠੇ ਚੜ੍ਹ ਗਿਆ ਸੈਰ ਕਰਨ ਲਈ। ਸੈਰ ਕਰ ਗਿਆ ਪਿਛਲੇ ਪਾਸੇ ਤੋਂ ਦੇਖਿਆ ਅਤੇ ਪਹਿਲਾਂ ਤਾਂ ਮੈਂ ਸੋਚਿਆ ਕੋਈ ਖਡਾਉਣਾ ਪਿਆ ਬੱਚੇ ਕਿਸੇ ਦਾ, ਮੁੜ ਚੱਲਾ ਜੀ, ਫਿਰ ਦੁਬਾਰਾ ਮੇਰਾ ਮਨ ਕੀਤਾ ਕਿ ਧਿਆਨ ਨਾਲ ਦੇਖ ਜਰਾ, ਫਿਰ ਉਹਨੂੰ ਮਹਿਲ 'ਤੇ ਦੇਖਿਆ ਬੱਚੇ ਨੂੰ। ਅੱਛਾ ਜੀ। ਅਤੇ ਫਿਰ ਮੈਂ ਵਿੱਕੀ ਨੂੰ ਆਵਾਜ਼ ਮਾਰੀ ਹੈ ਅਤੇ ਇੱਧਰ ਇਹਨਾਂ ਨੂੰ ਆਵਾਜ਼ ਮਾਰੀ ਹੈ, ਪੇੜਾਂ ਦੇ ਪੱਠੇ ਉੱਤਰ ਪਈ ਸੀਗੀ ਪਿੱਛੇ, ਛੋਟਾ ਜਿਹਾ ਬੱਚਾ ਸੀਗਾ, 60 ਫੁੱਟ ਲੱਗੀ ਉਹਦੇ ਮੇਰੇ ਗਾ।